ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਬਾਈ ਜੀ ਟੀਵੀ ਤੇ ਮੈਂ ਜੱਸੀ ਬੜਾਇਚ ਗੱਲ ਕਰੀ ਤਾਂ ਸਾਡੇ ਨਾਲ ਬੁਲੰਦ ਆਵਾਜ਼ ਦੇ ਮਾਲਕ ਜਿਨ੍ਹਾਂ ਦੇ ਅਕਸਰ ਅਸੀਂ ਗੀਤਾਂ ਨੂੰ ਝੂਮਦੇ ਆ ਜਿਨ੍ਹਾਂ ਨੂੰ ਸੁਣ ਕੇ ਬੜੇ ਮਾਣ ਨਾਲ ਜ਼ਿਕਰ ਕਰਾਂਗੇ ਬਾਈ ਸਤਵਿੰਦਰ ਬੁੱਗਾ ਜੀ ਬਹੁਤ ਬਹੁਤ ਸਵਾਗਤ ਸਰ ਬਹੁਤ ਬਹੁਤ ਮਿਹਰਬਾਨੀ ਕਿੱਦਾਂ ਸਰ ਠੀਕ ਠਾਕ ਹੋ ਕਿੱਦਾਂ ਸਿਹਤ ਫਸਟ ਕਲਾਸ ਇੱਕਦਮ ਜਿੱਦਾਂ ਗੱਲ ਕਰੀ ਨੇ ਕਿ ਅੱਜ ਬੜੇ ਖਾਸ ਦਿਨ ਆ ਬੜੇ ਮਾਣ ਦੀ ਗੱਲ ਆ ਕਿ ਪੰਜਾਬੀ ਫਿਲਮ ਸਿਟੀ ਜਿੱਦਾਂ ਕਿ ਲਈ ਸਾਡੀ ਆਪਣੀ ਫਿਲਮ ਨੂੰ ਇੱਕ ਸਿਟੀ ਮਿਲੀ ਹੈਗੀ ਤੁਹਾਨੂੰ ਇਹਦੇ ਬਾਰੇ ਕੀ ਤੁਹਾਡੇ ਵਿਚਾਰ ਬਹੁਤ ਅੱਛੀ ਗੱਲ ਹੈ ਇਹ ਜਿਹੜੀ ਪੰਜਾਬ ਫਿਲਮ ਸਿਟੀ ਹੈ ਇਹ ਸਾਡੇ ਪਿੰਡ ਮੁਕਾਰੋਂਪੁਰ ਦੇ ਵਿੱਚ ਇਹ ਬਣੀ ਹੈ ਮੈਂ ਸਮਝਦਾ ਕਿ ਜਿਹਦਾ ਬਹੁਤ ਫਾਇਦਾ ਹੋਣ ਵਾਲਾ ਹੈ ਉਹਨਾਂ ਕਲਾਕਾਰਾਂ ਨੂੰ ਜਿਹੜੇ ਨੌਰਥ ਇੰਡੀਆ ਦੇ ਵਿੱਚ ਕੰਮ ਕਰ ਰਹੇ ਨੇ ਕਿਉਂਕਿ ਪਹਿਲਾਂ ਸ਼ੂਟ ਦਿੱਲੀ ਕਰਨਾ ਪੈਂਦਾ ਸੀ ਬੰਬੇ ਕਰਨਾ ਪੈਂਦਾ ਸੀ ਹੁਣ ਐਡੀ ਦੂਰ ਜਾਣ ਦੀ ਜ਼ਰੂਰਤ ਨਹੀਂ ਹੈ ਪੰਜਾਬ ਫਿਲਮ ਸਿਟੀ ਇੱਥੇ ਆਪਣੇ ਨੌਰਥ ਦੇ ਵਿੱਚ ਬਣੀ ਹੈ ਔਰ ਚੰਡੀਗੜ੍ਹ ਦੇ ਨੇੜੇ ਬਣੀ ਹੈ ਔਰ ਸਾਡੇ ਪਿੰਡ ਦੇ ਵਿੱਚ ਬਣੀ ਹੈ ਸੋ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਸਾਡੇ ਪਿੰਡ ਦੇ ਵਿੱਚ ਬਣੀ ਹੈ ਬਹੁਤ ਸਾਰੀਆਂ ਫਿਲਮਾਂ ਇੱਥੇ ਸ਼ੂਟ ਹੋਈਆਂ ਹੋ ਵੀ ਰਹੀਆਂ ਨੇ ਹੋਣਗੀਆਂ ਵੀ ਔਰ ਇਸ ਤੋਂ ਇਲਾਵਾ ਮਿਊਜ਼ਿਕ ਵੀਡੀਓਜ਼ ਔਰ ਇਸ ਤੋਂ ਇਲਾਵਾ ਜੋ ਇੱਕ ਮੈਰਿਜ ਫੰਕਸ਼ਨ ਹੁੰਦੇ ਆ ਉਹਨਾਂ ਦੇ ਜਿਸ ਤਰ੍ਹਾਂ ਪ੍ਰੀ ਵੈਡਿੰਗ ਸ਼ੂਟ ਇਸ ਤਰ੍ਹਾਂ ਉਹ ਇਹ ਸ਼ੂਟ ਕਰ ਰਿਹਾ ਮੈਂ ਸਮਝਦਾ ਕਿ ਅੱਜ ਇਹਦਾ ਇਨੋਗਰੇਸ਼ਨ ਹੋ ਰਿਹਾ ਮਾਨਯੋਗ ਮੁੱਖ ਮੰਤਰੀ ਪੰਜਾਬ ਸ਼੍ਰੀਮਾਨ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਸਾਹਿਬ ਉਹ ਇਨੋਗਰੇਟ ਕਰ ਰਹੇ ਨੇ ਸੋ ਮੇਰੇ ਵੱਲੋਂ ਜਿਹੜਾ ਹੈ ਚੀਮਾ ਫੈਮਿਲੀ ਔਰ ਇਹਨਾਂ ਦੇ ਤਮਾਮ ਟੀਮ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈ ਹੈ ਬਿਲਕੁਲ ਇੱਕ ਲਾਸਟ ਸਵਾਲ ਰਹੂਗਾ ਤੁਹਾਨੂੰ ਜਿੱਦਾਂ ਕਿ ਤੁਹਾਡੇ ਵੀ ਬੜੇ ਵੱਡੇ ਮਿਊਜ਼ਿਕ ਵੀਡੀਓ ਸੀ ਜਿੱਦਾਂ ਗੱਲ ਕਰ ਲਈ ਰਾਤਾਂ ਨੂੰ ਉੱਠ ਰੋਮੇਗਾ ਇੱਕ ਫਿਲਮ ਲੈਵਲ ਦਾ ਵੀਡੀਓ ਸੀ ਸੋ ਉਹ ਜਦੋਂ ਵੀਡੀਓ ਕਰਨੇ ਪੈਂਦੇ ਸੀ ਬੜਾ ਦੂਰ ਦੂਰ ਭੱਜਣਟ ਕਰਨੀ ਪੈਂਦੀ ਸੀ ਕਦੇ ਸ਼ਾਰਟ ਕਿਤੇ ਲੈਣਾ ਕਦੇ ਕਿਤੇ ਲੈਣਾ ਕੋਈ ਚੀਜ਼ ਕਿਤੋਂ ਪ੍ਰੋਵਾਈਡ ਹੋਣੀ ਆ ਕੋਈ ਕਿਤੋਂ ਹੋਣੀ ਆ ਉਹ ਹੁਣ ਇੱਕੋ ਹੀ ਜਗ੍ਹਾ 'ਤੇ ਮਿਲੂਗੀ ਇਹ ਚੀਜ਼ ਸਾਡੇ ਚੰਡੀਗੜ੍ਹ ਆ ਚੰਡੀਗੜ੍ਹ 'ਚ ਕਲਾਕਾਰ ਰਹਿੰਦੇ ਹੈਗੇ ਇੱਕ ਨਾਲ ਹੀ ਉਹਦੇ ਵਿੱਚ ਘਰ ਦੇ ਵਿੱਚ ਸਾਰਾ ਕੁਝ ਮਿਲ ਗਿਆ ਤੁਹਾਨੂੰ ਡੈਫੀਨੇਟਲੀ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਕਿ ਸ਼ੂਟ ਪਹਿਲਾਂ ਸਾਨੂੰ ਬਾਹਰ ਕਰਨਾ ਪੈਂਦਾ ਸੀ ਔਰ ਹੁਣ ਜੇ ਪੰਜਾਬ ਦੇ ਵਿੱਚ ਇਹ ਫਿਲਮ ਸਿਟੀ ਬਣੀ ਹੈ ਮਿਊਜ਼ਿਕ ਵੀਡੀਓਜ਼ ਔਰ ਫਿਲਮਾਂ ਦੇ ਲਈ ਇਹ ਬਹੁਤ ਲਾਹੇਵੰਦ ਸਾਡੇ ਲਈ ਸਾਬਤ ਹੋਏਗੀ ਸੋ ਮੈਂ ਤੁਹਾਨੂੰ ਤੁਹਾਡੇ ਚੈਨਲ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ ਸਾਡੇ ਨਾਲ ਬੜੇ ਫਾਕਰ ਦੇ ਨਾਲ ਨਾਮ ਲਵਾਂਗੇ ਉਹਨਾਂ ਦਾ ਮੈਨੂੰ ਬੜੀ ਅੱਜ ਲਾਉਣ ਲੈਣ 'ਚ ਖੁਸ਼ੀ ਵੀ ਬਹੁਤ ਹੋਊਗੀ ਕਿਉਂਕਿ ਸਾਡੇ ਨਾਲ ਅੱਜ ਪੰਮੀ ਬਾਈ ਜੀ ਮੌਜੂਦ ਨੇ ਅਤੇ ਸਾਡਾ ਚੈਨਲ ਵੀ ਬਾਈ ਜੀ ਹੋ ਗਿਆ ਨਾ ਕਹਿੰਦੇ ਕਿ ਬਾਈ ਬਾਈ ਜੀ ਹੋ ਗਿਆ ਬਹੁਤ ਬਹੁਤ ਮੁਬਾਰਕ ਬਾਈ ਜੀ ਟੀਵੀ ਹੈ ਹਾਂਜੀ ਹਾਂਜੀ ਮੈਂ ਤਾਂ ਹੀ ਜਿਹੜਾ ਬੜਾ ਮਾਣ ਜਾਂ ਖੁਸ਼ੀ ਜੀ ਹੋਊ ਅੱਜ ਨਾਲ ਜ਼ਿਕਰ ਕਰਦੇ ਹਾਂ ਵਾਹ ਜੀ ਵਾਹ ਧੰਨਵਾਦ ਤੁਹਾਡਾ ਥੈਂਕ ਯੂ ਭਾਅ ਜੀ ਕਿੱਦਾਂ ਭਾਅ ਜੀ ਕਿੱਦਾਂ ਸਿਹਤ ਠੀਕ ਨੇ ਫਸਟ ਕਲਾਸ ਅੱਛਾ ਕਿੱਦਾਂ ਅੱਜ ਨਾ ਕਹਿ ਲਈ ਇੱਕ ਵੱਡਾ ਦਿਨ ਅੱਜ ਕਿ ਪੰਜਾਬੀ ਫਿਲਮ ਸਿਟੀ ਜਿੱਦਾਂ ਕਿ ਸੀਈਓ ਦਾ ਅੱਜ ਅਨਾਊਂਸਮੈਂਟ ਹੋ ਚੁੱਕੀ ਹੈ ਹੋਈ ਹੈ ਕਿੱਦਾਂ ਦਾ ਤੁਹਾਨੂੰ ਕਿੱਦਾਂ ਮਹਿਸੂਸ ਹੁੰਦਾ ਚੀਜ਼ ਦੇ ਦੇਖੋ ਪੰਜਾਬ ਫਿਲਮ ਸਿਟੀ ਦਾ ਅੱਜ ਉਦਘਾਟਨ ਜਿਹੜਾ ਹੈਗਾ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਕਰਨ ਆ ਰਹੇ ਨੇ ਅਤੇ ਸਾਡੇ ਤਾਂ ਮਿੱਤਰਾਂ ਦੀ ਹੈ ਚੀਮੇ ਹੋਣਾਂ ਦੀ ਹੈ ਸੋ ਅਸੀਂ ਤਾਂ ਅਕਵਾਲ ਹੋਣਾਂ ਨੂੰ ਵੀ ਇਸ ਗੱਲ ਦੇ ਵਿੱਚ ਮੁਬਾਰਕਬਾਦ ਪੇਸ਼ ਕਰਦੇ ਹਾਂ ਅਤੇ ਅੱਛੀ ਗੱਲ ਹੈਗੀ ਹੈ ਕਿ ਲੋਕਾਂ ਲਈ ਇੱਕ ਸੁਵਿਧਾ ਕ੍ਰੀਏਟ ਕੀਤੀ ਹੈ ਉਹਨਾਂ ਨੇ ਕਿ ਜੀ ਤੁਸੀਂ ਕਹਿੰਦੇ ਨੇ ਇੱਥੇ ਆ ਕੇ ਸ਼ੂਟਿੰਗਸ ਕਰ ਸਕਦੇ ਹੋ ਸੋ ਇਟਸ ਗੁੱਡ ਅੱਛਾ ਭਾਅ ਜੀ ਮੈਂ ਤੁਹਾਨੂੰ ਹੋਰ ਨਾਲ ਵਧਾਈ ਦਿੰਦਾ ਕਿ ਤੁਸੀਂ ਇੱਕ ਬੂਟਾ ਲਾਇਆ ਸੀ ਜਿਹੜਾ ਕਿ ਦੋਵੇਂ ਪੰਜਾਬਾਂ ਨੂੰ ਇਕੱਠਾ ਕਰਨ ਦਾ ਸੋ ਅੱਜ ਉਹ ਰੰਗ ਫੜਿਆ ਕਿ ਅੱਜ ਸਾਡੀ ਹਰ ਇੱਕ ਫਿਲਮ ਦੇ ਵਿੱਚ ਦੋਵੇਂ ਪੰਜਾਬਾਂ ਦੇ ਕਲਾਕਾਰ ਇਕੱਠੇ ਹੁੰਦੇ ਹੈਗੇ ਤੁਸੀਂ ਉਹ ਇਹ ਚੀਜ਼ ਬਾਰੇ ਕੀ ਕਹੋ ਦੇਖੋ ਬਹੁਤ ਹੀ ਅੱਛੀ ਗੱਲ ਹੈਗੀ ਆ ਅਸੀਂ ਸ਼ੁਰੂਆਤ ਕਰਨ ਵਾਲਿਆਂ 'ਚੋਂ ਹਾਂ ਤੁਹਾਡੀ ਸ਼ੁਰੂਆਤ ਮੈਂ ਇਸ ਲਈ ਹਾਂ ਮੈਂ ਤਾਂ ਵੈਸੇ ਸ਼ੁਰੂਆਤ ਕਰਨ ਵਾਲੇ ਹਾਂ ਮੈਂ ਪਹਿਲਾ ਕਲਾਕਾਰ ਹਾਂ ਜਿਹਨੇ ਨਸੀਬੋ ਲਾਲ ਨਾਲ ਦੋ ਗਾਣੇ ਗਾਏ ਅਕਰਮ ਰਾਹੀ ਸਾਹਿਬ ਨਾਲ ਗਾਇਆ ਸ਼ੌਕਤ ਅਲੀ ਸਾਹਿਬ ਦੇ ਬੇਟੇ ਨਾਲ ਗਾਇਆ ਸੋ ਅੱਜ ਸਾਡੇ ਉਹਨਾਂ ਦੇ ਫਨਕਾਰ ਜਿਹੜੇ ਨੇ ਸਾਡੀਆਂ ਮੂਵੀਜ਼ ਦੇ ਵਿੱਚ ਵੀ ਆ ਰਹੇ ਨੇ ਸੋ ਅੱਛੀ ਗੱਲ ਹੈਗੀ ਇਟਸ ਗੁੱਡ ਤੁਹਾਡੀ ਇੱਕ ਦਿਲੀ ਤਮੰਨਾ ਵਿੱਚ ਤੁਸੀਂ ਕਿਹਾ ਵੀ ਸੀ ਕਿ ਉਹ ਦਿਨ ਆਵੇ ਕਿ ਸਾਡੇ ਇਕੱਠੇ ਕਲਾਕਾਰ ਕੰਮ ਕਰਨ ਤੁਸੀਂ ਵੀ ਵੇਖੀ ਹੋਣਗੀਆਂ ਫਿਲਮਾਂ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਖੁਸ਼ੀ ਮਹਿਸੂਸ ਨਹੀਂ ਬਹੁਤ ਹੀ ਅੱਛੀ ਗੱਲ ਹੈਗੀ ਆ ਸਾਨੂੰ ਤਾਂ ਇਸ ਗੱਲ ਦੇ ਉੱਤੇ ਫਖਰ ਵੀ ਹੈਗਾ ਅਤੇ ਅਸੀਂ ਖੁਸ਼ ਵੀ ਹੈਗੇ ਹਾਂ ਕਿ ਇਟਸ ਗੁੱਡ ਕਿ ਇਹ ਜਿਹੜਾ ਕੰਮ ਹੈਗਾ ਇਹ ਇਸੇ ਤਰ੍ਹਾਂ ਹੀ ਜਿਹੜਾ ਚੱਲਦਾ ਰਹੇ ਅਤੇ ਉਹ ਇੱਥੇ ਆ ਕੇ ਵੀ ਸੰਗਾਂ ਸ਼ੂਟਿੰਗਾਂ ਕਰਨ ਆ ਕੇ ਇੰਗਲੈਂਡ 'ਚ ਕਰਨ ਧੰਨਵਾਦ ਓਕੇ ਥੈਂਕ ਯੂ ਬਿਲਕੁਲ ਇਸ ਸਾਡੇ ਨਾਲ ਪੰਮੀ ਬਾਈ ਜੀ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕੀਤੀ ਬਣੇ ਰਹੋ ਸਾਡੇ ਨਾਲ ਵੇਖਦੇ ਰਹੋ ਬਾਈ ਜੀ ਟੀਵੀ